ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ, ਪਿੰਡ ਛੱਤਿਆਣਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਸੰਗਤ ਜੀ, ਆਓ ਜਾਣਦੇ ਹਾਂ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਅਤੇ ਜਾਣਦੇ ਹਾਂ ਕਿ ਗੁਰੂ ਜੀ ਨੇ ਇਸ ਜਗ੍ਹਾ ਤੇ ਕੀ ਕੀ ਬਖਸ਼ਿਸ਼ਾਂ ਕੀਤੀਆਂ। ਸੰਗਤ ਜੀ, ਜਦੋਂ ਗੁਰੂ ਜੀ ਮੁਕਤਸਰ ਦੀ ਜੰਗ ਜਿੱਤ ਕੇ ਰੁਪਾਣਾ ਗੁਰੂਸਰ ਤੋਂ ਹੁੰਦੇ ਹੋਏ ਇਸ ਇਲਾਕੇ ਵੱਲ ਆ ਰਹੇ ਹੁੰਦੇ ਹਨ, ਤਾਂ ਇਸ ਜਗ੍ਹਾ ਤੋਂ ਥੋੜੀ ਪਿੱਛੇ ਬਹਿਮੀ ਪੀਰ ਦੇ ਸਥਾਨ ਤੇ ਆ ਕੇ ਬਰਾੜ ਕੌਮ ਦੇ ਸਿੰਘ ਗੁਰੂ ਜੀ ਦੇ ਘੋੜੇ ਦੀ ਲਗਾਮ ਫੜ ਲੈਂਦੇ ਹਨ ਅਤੇ ਗੁਰੂ ਜੀ ਤੋਂ ਤਨਖਾਹਾਂ ਦੀ ਮੰਗ ਕਰਦੇ ਹਨ ਅਤੇ ਗੁਰੂ ਜੀ ਨੂੰ ਕਹਿੰਦੇ ਹਨ ਕਿ ਸਾਡਾ ਹੁਣ ਤਨਖਾਹਾਂ ਬਿਨਾਂ ਨਹੀਂ ਸਰਦਾ ਅਤੇ ਸਾਨੂੰ ਸਾਡੀਆਂ ਤਨਖਾਹਾਂ ਹੁਣੇ ਇਸੇ ਵਕਤ ਸਾਨੂੰ ਦੇ ਦਿਓ। ਅਤੇ ਤਨਖਾਹਾਂ ਦੇ ਨਾਲ ਨਾਲ ਸਿੰਘ ਗੁਰੂ ਜੀ ਤੋਂ ਕੁਛ ਹੋਰ ਵੀ ਮੰਗਾਂ ਮੰਗਦੇ ਹਨ, ਜਿਵੇਂ ਕਿ ਇਸ ਇਲਾਕੇ ਦੀ ਦਲਿੱਦਰੀ ਕੱਢਣੀ, ਕਾਲ ਦੂਰ ਕਰਨਾ ਅਤੇ ਮੀਂਹ ਪਵਾਉਣਾ। ਫਿਰ ਗੁਰੂ ਜੀ ਉਹਨਾਂ ਸਿੰਘਾਂ ਨੂੰ ਕਹਿੰਦੇ ਹਨ ਕਿ ਤੁਹਾਡੀਆਂ ਤਨਖਾਹਾਂ ਡੱਲੇ ਦੇ ਰਾਜ ਵਿੱਚ ਤਲਵੰਡੀ ਸਾਬੋ ਜਾ ਕੇ ਵੰਡ ਦੇਵਾਂਗੇ। ਪਰ ਇਹ ਸਿੰਘ ਆਪਣੀ ਜਿੱਦ ਤੇ ਅੜੇ ਰਹਿੰਦੇ ਹਨ ਅਤੇ ਕਹਿੰਦੇ ਹਨ ਕਿ ਨਹੀਂ, ਸਾਨੂੰ ਸਾਡੀਆਂ ਤਨਖਾਹਾਂ ਹੁਣੇ ਚਾਹੀਦੀਆਂ ਹਨ ਅਤੇ ਇਹ ਘੋੜੇ ਦੀ ਲਗਾਮ ਨਹੀਂ ਛੱਡਦੇ। ਫਿਰ ਗੁਰੂ ਜੀ ਆਕਾਸ਼ ਵੱਲ ਵੇਖਦੇ ਹਨ ਅਤੇ ਆਕਾਸ਼ ਵੱਲ ਇੱਕ ਤੀਰ ਛੱਡਦੇ ਹਨ, ਜਿਸ ਤੀਰ ਨਾਲ ਮੀਂਹ ਅਤੇ ਗੜੇ ਪੈਣ ਲੱਗ ਜਾਂਦੇ ਹਨ। ਉਸ ਤੋਂ ਬਾਅਦ ਇਹ ਬਹਿਮੀ ਪੀਰ ਦੀ ਜਗ੍ਹਾ ਤੋਂ ਇਸ ਸਥਾਨ 'ਤੇ ਆ ਜਾਂਦੇ ਹਨ ਅਤੇ ਇੱਥੇ ਆ ਕੇ ਸਿੰਘ ਤੰਬੂ ਗੱਡ ਲੈਂਦੇ ਹਨ। ਅਤੇ ਇੰਨੇ ਵਿੱਚ ਹੀ ਕੋਠੋਹਾਰ ਦੇ ਸਿੰਘ ਖੱਚਰਾਂ 'ਤੇ ਗੁਰੂ ਜੀ ਦਾ ਗੁਪਤ ਖਜ਼ਾਨਾ ਲੈ ਕੇ ਇਸ ਜਗ੍ਹਾ 'ਤੇ ਆ ਜਾਂਦੇ ਹਨ। ਫਿਰ ਗੁਰੂ ਜੀ ਸਿੱਖਾਂ ਨੂੰ ਕਹਿੰਦੇ ਹਨ ਕਿ ਚਾਰ ਆਨੇ ਪੈਦਲ ਅਤੇ 8 ਆਨੇ ਘੋੜ ਸਵਾਰ ਦੀ ਤਨਖਾਹ ਦਿੰਦੇ ਹਾਂ, ਪਰ ਇਹ ਸਿੰਘ ਕਹਿੰਦੇ ਹਨ ਕਿ ਇਹ ਤਨਖਾਹ ਗੁਰੂ ਜੀ ਘੱਟ ਹੈ। ਤਾਂ ਗੁਰੂ ਜੀ ਢਾਲਾਂ ਭਰ ਭਰ ਕੇ ਉਹਨਾਂ ਨੂੰ ਤਨਖਾਹਾਂ ਵੰਡਦੇ ਹਨ ਅਤੇ ਸਿੰਘ ਖੁਸ਼ ਹੋ ਜਾਂਦੇ ਹਨ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਭਾਈ ਦਾਨ ਸਿੰਘ ਜੀ ਦੀ, ਅਤੇ ਜਦੋਂ ਗੁਰੂ ਜੀ ਭਾਈ ਦਾਨ ਸਿੰਘ ਜੀ ਨੂੰ ਤਨਖਾਹ ਦੇਣ ਲੱਗਦੇ ਹਨ ਤਾਂ ਭਾਈ ਦਾਨ ਸਿੰਘ ਜੀ ਗੁਰੂ ਜੀ ਨੂੰ ਤਨਖਾਹ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਮੈਨੂੰ ਤਨਖਾਹ ਨਹੀਂ ਚਾਹੀਦੀ, ਮੈਨੂੰ ਤਾਂ ਸਿੱਖੀ ਦਾ ਦਾਨ ਦਿਓ, ਮੈਨੂੰ ਤਾਂ ਸਿੱਖੀ ਬਖਸ਼ੋ, ਮੈਨੂੰ ਸਿੱਖੀ ਚਾਹੀਦੀ ਹੈ ਅਤੇ ਮੈਂ ਇਹ ਤਨਖਾਹ ਕੀ ਕਰਨੀ ਹੈ। ਤਾਂ ਗੁਰੂ ਜੀ ਕਹਿੰਦੇ ਹਨ ਜਿਸ ਤਰ੍ਹਾਂ ਭਾਈ ਮਹਾਂ ਸਿੰਘ ਨੇ ਮਾਝੇ ਦੀ ਸਿੱਖੀ ਬਚਾ ਲਈ ਸੀ, ਭਾਈ ਦਾਨ ਸਿੰਘ ਅੱਜ ਉਸੇ ਤਰ੍ਹਾਂ ਤੂੰ ਮਾਲਵੇ ਦੀ ਸਿੱਖੀ ਬਚਾ ਲਈ ਹੈ। ਇਹ ਸਾਰੀਆਂ ਕਰਾਮਾਤਾਂ ਬਹਿਮੀ ਪੀਰ ਦੇਖ ਰਿਹਾ ਹੁੰਦਾ ਹੈ। ਗੁਰੂ ਜੀ ਦਾ ਮੀਂਹ ਪਵਾਉਣਾ ਅਤੇ ਗੜੇ ਪਾਉਣੇ, ਇਹ ਸਾਰੀ ਕਰਾਮਾਤ ਦੇਖ ਕੇ ਬਹਿਮੀ ਪੀਰ ਗੁਰੂ ਜੀ ਤੋਂ ਕਾਫੀ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਗੁਰੂ ਜੀ ਪਾਸ ਆ ਕੇ ਗੁਰੂ ਜੀ ਨੂੰ ਕਹਿੰਦਾ ਹੈ ਕਿ ਮੈਨੂੰ ਆਪਣੇ ਚਰਨੀ ਲਗਾ ਲਓ ਅਤੇ ਗੁਰੂ ਜੀ ਦੇ ਚਰਨੀ ਲੱਗ ਜਾਂਦਾ ਹੈ। ਫਿਰ ਇਸ ਜਗ੍ਹਾ 'ਤੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਅਤੇ ਬਹਿਮੀ ਪੀਰ ਵੀ ਅੰਮ੍ਰਿਤ ਛਕਦਾ ਹੈ, ਭਾਈ ਦਾਨ ਸਿੰਘ ਜੀ ਵੀ ਅੰਮ੍ਰਿਤ ਛਕਦੇ ਹਨ ਅਤੇ
ਸਿੰਘ ਵੀ ਅੰਮ੍ਰਿਤ ਛਕਦੇ ਹਨ। ਫਿਰ ਜਿਹੜਾ ਬਚਿਆ ਤਨ ਹੁੰਦਾ ਹੈ, ਸਾਰੇ ਸਿੰਘਾਂ ਨੂੰ ਤਨਖਾਹਾਂ ਵੰਡਣ ਤੋਂ ਬਾਅਦ ਜਿਹੜਾ ਖਜ਼ਾਨਾ ਵੱਧ ਜਾਂਦਾ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ 'ਤੇ ਉਸ ਖਜ਼ਾਨੇ ਨੂੰ ਧਰਤੀ ਅੰਦਰ ਦੱਬ ਦਿੰਦੇ ਹਨ ਅਤੇ ਇਸੇ ਕਾਰਨ ਇਸ ਗੁਰਦੁਆਰੇ ਦਾ ਨਾਮ ਸ਼੍ਰੀ ਗੁਪਤਸਰ ਸਾਹਿਬ ਗੁਰਦੁਆਰਾ ਪਿਆ ਹੈ। ਸੰਗਤ ਜੀ, ਚਲੋ ਹੁਣ ਆਪਾਂ ਦਰਸ਼ਨ ਕਰਦੇ ਹਾਂ ਉਸ ਪਵਿੱਤਰ ਵਣ ਦੇ ਜਿਸ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ। ਆਏ ਜੀ ਉਹ ਪਵਿੱਤਰ ਵਣ, ਕਰੋ ਜੀ ਦਰਸ਼ਨ ਇਸ ਵਣ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।